डीएसपी दफ्तर जीरा दे बाहर असी खड़े हुए हैं। इत्थे ही मखू ब्लाक दे एक पिंड दा कोई रौला चल रहा सी पैली नूं लैके, की मसला वा? वो सारे इत्थे सज्जन खड़े हुए ने, उन्हां दे नाल गलबात करदे आं, जिहदे विच किसान यूनियन दे आगू भी खड़े हुए ने इत्थे, ते पिंडां दे जिहड़े मोहतवार सरपंच साहिबान ने उह वी इत्थे खड़े हुए ने। आपां गलबात करदे आं। हाँ जी भैन जी, की नाम तुहाडा? संदीप कौर। ਇਹ ਭੈਣ ਜੀ, ਜਿਹੜਾ ਪੈਲੀ ਨੂੰ ਲੈ ਕੇ ਮਸਲਾ ਚੱਲ ਰਿਹਾ, ਪੈਲੀ ਦਾ ਕੀ ਮਸਲਾ ਕੀ ਹੈ ਸਾਰਾ ਸਮਝਾਓ। ਇਹ ਪੈਲੀ ਮੇਰੇ ਸਰੋ ਸਾਹਿਬ ਦੇ ਨਾਮ ਸੀਗੀ ਪਹਿਲਾਂ, ਉਹਨਾਂ ਦੇ ਐਕਸਪਾਇਰ ਹੋਣ ਤੋਂ ਬਾਅਦ 'ਚ ਮੇਰੇ ਨਾਮ ਹੋ ਗਈ, ਠੀਕ ਆ? ਹਾਂਜੀ, ਫਿਰ ਮੈਂ ਪਰਮਜੀਤ ਸਿੰਘ ਪੰਮਨ ਠੇਕੇ 'ਤੇ ਦੇ ਦਿੱਤੀ। ਉਹ ਮੈਨੂੰ ਠੇਕਾ ਨਹੀਂ ਸੀ ਦਿੰਦੇ, ਬਹੁਤ ਖਰਾਬ ਕਰਦੇ ਸੀਗੇ। ਕਿੰਨਾ ਚਿਰ ਉਹਨਾਂ ਠੇਕੇ 'ਤੇ ਬਾਈ? 6-7 ਸਾਲ, 7 ਸਾਲ ਹੋ ਗਏ ਮੇਰੇ ਹਸਬੈਂਡ ਐਕਸਪਾਇਰ ਹੋਏ ਉਹਨਾਂ ਨੂੰ, ਉਹਨਾਂ ਟਾਈਮ ਉਹਨਾਂ ਨੇ ਠੇਕਾ ਨਹੀਂ ਦਿੱਤਾ। ਮੈਂ ਕਾਫੀ ਵਾਰ ਕਿਹਾ, ਮੈਨੂੰ ਮੈਂਟਲੀ ਟੌਰਚਰ ਕਰਦੇ ਰਿਹਾ। ਫਿਰ ਮੈਂ 1 ਸਾਲ ਉਹਨਾਂ ਨੂੰ ਕਹਿੰਦੀ ਰਹੀ ਵੀ ਮੈਂ ਪੈਲੀ ਵੇਚਣੀ ਹੈ, ਜੇ ਤੁਸੀਂ ਖਰੀਦਣੀ ਹੈ ਤਾਂ ਤੁਸੀਂ ਲੈ ਲਓ। ਮਤਲਬ ਕਿ ਤੁਹਾਨੂੰ ਠੇਕਾ ਨਹੀਂ ਦਿੰਦੇ ਰਹੇ ਤਾਂ ਤੁਸੀਂ ਉਹ ਤੋਂ ਦੁਖੀ ਹੋ ਕੇ ਕਹਤਾ ਕਿ ਮੈਂ ਪੈਲੀ ਵੇਚਣੀ ਆ? ਹਾਂਜੀ ਹਾਂਜੀ। ਮੈਂ ਫਿਰ ਉਹਨਾਂ ਨੇ ਕਹਿ ਦਿੱਤਾ ਵੀ ਸਾਡੀ ਗੁੰਜਾਇਸ਼ ਨਹੀਂ ਹੈਗੀ। ਮੈਂ ਕਿਹਾ ਜੇ ਤੁਸੀਂ ਲੈਣੀ ਹੈ ਤੁਸੀਂ ਲੈ ਲਓ, ਨਹੀਂ ਤਾਂ ਮੈਨੂੰ ਦੱਸ ਦਿਓ। ਕਹਤਾ ਸਾਡੀ ਗੁੰਜਾਇਸ਼ ਨਹੀਂ, ਜੇ ਤੇਰੀ ਪੁੱਛਿਆ ਉਹਨਾਂ ਨੂੰ? ਹਾਂਜੀ ਪੁੱਛਿਆ। ਵਾ ਕਹਦਾ ਉਹਨਾਂ ਦੇ ਘਰ ਆਣ ਕੇ ਕਹਿੰਦੇ ਵੀ ਜੇ ਤੇਰੀ ਵਿਕਦੀ ਤੇ ਵੇਚ ਲਾ। ਫਿਰ ਮੈਂ ਇਹਨਾਂ ਨੂੰ ਆਪਣੇ ਭਾਜੀ ਨੂੰ, ਇਹ ਮੇਰੇ ਜੇਠ ਲੱਗਦੇ ਆ, ਇਹਨਾਂ ਨੂੰ ਵੇਚ ਦਿੱਤੀ ਆ। ਹੁਣ ਉਹ ਕਬਜ਼ਾ ਨਹੀਂ ਛੱਡ ਰਿਹਾ ਇਸ ਪੈਲੀ ਦਾ। ਅੱਛਾ, ਹੁਣ ਉਹ ਕਬਜ਼ਾ ਜਿਹੜਾ ਉਹ ਉਹਨਾਂ ਦੇ ਕੋਲੇ ਛੱਡ ਨਹੀਂ ਰਹੇ? ਕੀ ਬੇਨਤੀ ਕੀ ਕਰਦੇ ਹੋ ਪ੍ਰਸ਼ਾਸਨ ਨੂੰ, ਕੀ ਬੇਨਤੀ ਕਰਦੇ ਹੋ ਤੁਸੀਂ? ਮੈਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਨਿਆਂ ਦਾ ਸਾਥ, ਸੱਚ ਦਾ ਸਾਥ ਦਿੱਤਾ ਜਾਵੇ, ਇਹਨਾਂ ਨੂੰ ਗੁਰਦੁਆਰੇ ਕਰਵਾ ਕੇ ਦਿੱਤੀ ਜਾਵੇ, ਬਕਾਇਦਾ ਇਹਨਾਂ ਨੂੰ ਕਬਜ਼ਾ ਛਡਾ ਕੇ ਦਿੱਤਾ ਜਾਵੇ। ਕੋਈ ਮਾੜੀ ਸ਼ਬਦਾਵਲੀ ਵੀ ਤੁਹਾਨੂੰ ਬੋਲੀ ਗਈ ਇਹਨਾਂ ਵੱਲੋਂ? ਹਾਂਜੀ ਹਾਂਜੀ, ਬਹੁਤ ਮੈਂਟਲੀ ਟੌਰਚਰ ਕੀਤਾ। ਓਕੇ ਹਾਂਜੀ। ਹਾਂਜੀ ਸਰ, ਤੁਸੀਂ ਖਰੀਦੀ ਹੈ ਜ਼ਮੀਨ? ਹਾਂਜੀ ਜੀ, ਅਸੀਂ ਖਰੀਦੀ। ਮੈਂ ਕਰਨੈਲ ਸਿੰਘ ਮਸਤੀ ਸੋਢੀਆਂ ਤੋਂ। ਹਾਂਜੀ, ਅੱਗੇ ਵੀ ਆਪਾਂ ਖਬਰ ਲਵਾਈ ਆ। ਹਾਂਜੀ, ਪਰ ਅੱਜ ਫਿਰ ਇੱਥੇ ਡੀਐਸਪੀ ਦਫ਼ਤਰ ਇਕੱਠੇ ਹੋਏ ਆ। ਹਾਂਜੀ, ਪੂਰੀ ਗੱਲ ਨਹੀਂ ਸੁਣੀ ਗਈ। ਓਕੇ ਹਾਂਜੀ, ਕੀ ਬੇਨਤੀ ਕਰਦੇ ਪ੍ਰਸ਼ਾਸਨ ਨੂੰ? ਤੁਸੀਂ ਜ਼ਮੀਨ ਖਰੀਦੀ ਹੁਣ, ਕੀ ਕਬਜ਼ਾ ਤੁਹਾਨੂੰ ਚਾਹੀਦਾ? ਹਾਂਜੀ, ਸਾਨੂੰ ਕਬਜ਼ਾ ਚਾਹੀਦਾ ਜੀ, ਝਗੜਾ ਹੋਣ ਦਾ ਉੱਥੇ ਖਤਰਾ ਵਾ। ਬਾਕੀ ਦੂਸਰਾ ਨੰਬਰ ਆ ਜੀ, ਪੰਚਾਇਤ ਵਿੱਚ ਡੀਐਸਪੀ ਸਾਹਿਬ ਨੇ ਕਿਹਾ ਵੀ ਪੰਚਾਇਤ 'ਚ ਬੈਠੋ, ਬੈਠ ਕੇ 2 ਸਾਲ ਸੁਧਰ ਲਵੋ, 2 ਉਧਰ ਲਵੋ, ਜੋ ਫੈਸਲਾ ਹੁੰਦਾ ਸਾਲਸ ਕਰ ਦੇਣਾ। ਖਤਰੇ ਦੀ ਤੁਸੀਂ ਗੱਲ ਕੀਤੀ ਆ, ਤਾਂ ਤੁਹਾਨੂੰ ਉਹਨੂੰ ਲੈ ਕੇ ਕੋਈ ਲੱਗਦਾ ਵਾ ਕਿ ਤੁਹਾਨੂੰ ਕੋਈ ਸਿਕਿਉਰਿਟੀ ਦੇ ਜਾਂ ਕਿੱਦਾਂ ਕੋਈ ਚਾਹੀਦਾ? ਕਿਉਂਕਿ ਤੁਸੀਂ ਗੱਲ ਕੀਤਾ, ਲੜਾਈ ਹੋ ਸਕਦੀ ਆ। ਲੜਾਈ ਹੋ ਸਕਦੀ ਹੈ, ਇੱਕ ਦਿਨ ਪੈਲੀ ਵਾਹੁਣ ਗਏ, ਉੱਥੇ ਲਲਕਾਰੇ ਮਾਰੇ ਇਹਨਾਂ ਨੇ, ਰੌਲਾ ਰੱਪਾ ਬਹੁਤ ਜ਼ਿਆਦਾ ਪਾਇਆ ਵਾ। ਬਾਕੀ ਪਹਿਲਾਂ ਲਾਗੇ ਨਹੀਂ ਆਏ, ਜਦੋਂ ਪੈਲੀ ਵਾਹ ਕੇ ਚਲੇ ਗਏ ਤਾਂ ਫਿਰ ਜਾ ਕੇ ਪੈਲੀ ਵਾਹੁਣ ਲੱਗ ਪਏ ਉੱਥੇ ਦੁਆਰਾ। ਠੀਕ ਹੈ, ਇੱਥੇ ਕਿਸਾਨ ਆਗੂ ਸਾਡੇ ਨਾਲ ਖੜ੍ਹੇ ਹੋਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਪ੍ਰਧਾਨ ਸਾਹਿਬ, ਕਿਵੇਂ ਦੇਖਦੇ ਹੋ ਮਸਲਾ ਜਿਹੜਾ, ਕੀ ਇਹ ਸਹੀ ਆ ਧਿਰ ਜਿਹੜੀ ਜਿਸ ਦਿਨ ਖੜ੍ਹੇ ਤੁਸੀਂ? ਮੈਂ ਸੁਰਿੰਦਰ ਸਿੰਘ, ਬਲਾਕ ਪ੍ਰਧਾਨ ਬੀਕੇ ਦੁਕਾਨ ਦਾ। ਅੱਜ ਅਸੀਂ ਪਿੱਛੇ ਵੀ ਅੱਗੇ 2 ਪੰਚਾਇਤਾਂ ਹੋਈਆਂ, ਉਹਦੇ ਵਿੱਚ ਬਕਾਇਦਾ ਅਸੀਂ ਕਰਨੈਲ ਸਿੰਘ ਹੋਣੀ ਆਪਦਾ ਪੱਖ ਰੱਖਿਆ ਪੂਰੇ ਕਾਗਜ਼ਾਂ ਦਾ। ਪਤਾ ਨਹੀਂ ਕਿਉਂ ਉਹ ਦੁਬਾਰਾ ਟੌਰਚਰ ਕਰ ਰਿਹਾ ਇਸ ਪਰਿਵਾਰ ਨੂੰ, ਲੜਾਈ ਝਗੜੇ ਦਾ, ਜਿਵੇਂ ਉਹ ਝੂਠਾਂ ਦਾ ਪਲੰਦਾ ਬਣਾ ਕੇ ਅਸੀਂ ਬਕਾਇਦਾ ਅੱਜ ਜਮ੍ਹਾਂਬੰਦੀ ਗਰਦੌਰੀ ਜੋ ਕੁਛ ਵੀ ਆ। ਦੂਸਰੇ ਬੰਦੇ ਕੀ ਨਾਮ ਉਹਨਾਂ ਦਾ? ਉਹ ਇੰਦਰਜੀਤ ਸਿੰਘ, ਉਹਨੂੰ ਪੰਮਾ ਕਹਿੰਦੇ ਆ, ਅਤੇ ਇੱਥੇ ਜੋਗੇ ਵਾਲੇ ਸਾਈਡ ਦਾ ਹੀ ਆ, ਜਿੱਥੇ ਇਹਨਾਂ ਦੀ ਜ਼ਮੀਨ ਆ ਨਾਲ ਲੱਗਦੀ ਉਹਦੇ, ਕਿਉਂਕਿ ਇਹ ਦੂਰ ਬੈਠੇ ਆ, ਉਹਨੂੰ ਨੇੜੇ ਆ। ਇਹ ਵਾਹ ਕੇ ਆਏ, ਦੁਬਾਰਾ ਫਿਰ ਉਹਨੇ ਕਬਜ਼ਾ ਕੀਤਾ, ਪੁਲਿਸ ਨੇ ਕਾਰਵਾਈ, ਟਰੈਕਟਰ ਲਿਆਂਦਾ ਸੀ ਫਿਰ ਛੱਡ ਦਿੱਤਾ। ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਇਹ ਜਿਹੜੀ ਜ਼ਮੀਨ ਆ, ਕਿਉਂਕਿ ਜਿੰਨੇ ਪੈਸੇ 'ਤੇ ਤਾਂ ਜ਼ਮੀਨ ਉਹਦੀ ਰਜਿਸਟਰੀ ਕਰਾਈ ਹੋਈ ਆ, ਅਤੇ ਉਹਨੂੰ ਮਿਲਣੀ ਚਾਹੀਦੀ ਆ। ਅਤੇ ਜਿਹੜਾ ਉਹ ਧੱਕੇ ਕਰ ਰਿਹਾ ਇਸ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹਨੂੰ ਰੋਕਿਆ ਜਾਣਾ ਚਾਹੀਦਾ, ਉੱਥੇ ਕੋਈ ਕਾਰਵਾਈ ਹੋਣੀ ਚਾਹੀਦੀ ਆ, ਲੜਾਈ ਨਾ ਹੋਵੇ, ਪੁਲਿਸ ਦਾ ਇਹ ਫਰਜ਼ ਬਣਦਾ। ਅਤੇ ਚਲੋ, ਅਸੀਂ ਡੀਐਸਪੀ ਸਾਹਿਬ ਨੂੰ ਅੱਜ ਸੱਦਿਆ ਸੀ, ਮਿਲੇ ਹਾਂ, ਉਹਨਾਂ ਸਾਨੂੰ ਕਿਹਾ ਵੀ ਦੋਨਾਂ ਧਿਰਾਂ ਦੇ 2-2 ਸਾਲ ਲੈ ਕੇ ਭਾ ਕੇ ਫੈਸਲਾ ਹੁੰਦਾ ਠੀਕ ਹੈ, ਨਹੀਂ ਤਾਂ ਫਿਰ ਜੋ ਕਾਰਵਾਈ ਬਣਦੀ ਅਸੀਂ ਕਰਾਂਗੇ। ਤੁਸੀਂ ਨਾਲ ਹੋ ਇਸ ਧਿਰ ਦੇ, ਜੇ ਕੋਈ ਕੱਲ੍ਹ ਨੂੰ ਮੰਨ ਲਓ ਕਬਜ਼ਾ ਨਹੀਂ ਛੱਡਦਾ, ਕਿਉਂਕਿ ਤੁਹਾਡੇ ਕਹਿਣ ਦਾ ਕਾਗਜ਼ ਸਾਰੇ ਇਹਨਾਂ ਕੋਲ ਪੂਰੇ ਨੇ, ਜੇ ਕਬਜ਼ਾ ਨਹੀਂ ਛੱਡਦਾ ਤੁਸੀਂ ਆਪਣੀ ਕਿਸਾਨ ਜਥੇਬੰਦੀ ਨਾਲ? ਬਿਲਕੁਲ ਜੀ, ਸੱਚ ਦਾ ਸਾਥ ਦਿਆਂਗੇ ਅਸੀਂ, ਕਿਸੇ ਝੂਠੇ ਬੰਦੇ ਦਾ ਸਾਥ ਨਹੀਂ ਆਵਾਂਗੇ, ਸੱਚ ਦੇ ਨਾਲ ਖੜਾਂਗੇ, ਸੱਚ ਦੇ ਨਾਲ ਖੜੇ ਰਹਾਂਗੇ। ਸਰ, ਮੇਰੀ ਪ੍ਰਸ਼ਾਸਨ ਨੂੰ ਇੱਕ ਹੋਰ ਬੇਨਤੀ ਆ, ਮੇਰਾ ਸਮਾਨ ਆਉਂਦਾ ਅੱਜ ਤਾਂ ਉਹ ਵੀ ਮੈਨੂੰ ਛੁਪਾਇਆ ਜਾਵੇ ਉਹਦੇ ਘਰੋਂ। ਸਮਾਨ ਤੁਹਾਡਾ ਉਹਨਾਂ ਦੇ ਘਰ ਆ? ਹਾਂਜੀ, ਉਹਨਾਂ ਦੇ ਘਰ। ਕਿਹਾ ਨਹੀਂ ਉਹਨਾਂ ਨੂੰ ਜਾਂ ਮੰਗਿਆ ਨੇ ਉਹਨਾਂ ਤੋਂ ਕਦੇ ਦਿੱਤਾ ਨਹੀਂ? ਮੈਂ ਕਾਫੀ ਵਾਰੀ ਮੰਗਿਆ, ਬਟ ਉਹ ਕਹਿੰਦੇ ਨਹੀਂ, ਜਿੱਥੋਂ ਤੱਕ ਤੇਰਾ ਜ਼ੋਰ ਲੱਗਦਾ ਲਾ ਲਾ, ਨਹੀਂ ਚੱਕਣ ਦੇਣਾ ਸੀ। ਅੱਛਾ, ਉਹ ਕਹਿੰਦੇ ਵੀ ਨਹੀਂ ਦੇਣਾ? ਹਾਂਜੀ, ਨਹੀਂ ਦੇਣਾ। ਓਕੇ, ਤੁਸੀਂ ਗੱਲਬਾਤ ਸਾਰੀ ਸੁਣ ਲਈ ਸਾਰੀ ਧਿਰ ਦੀ। ਇਹਨਾਂ ਦਾ ਜਿਹੜਾ ਕਿਸਾਨ ਆਗੂ ਨੇ, ਉਹਨਾਂ ਦਾ ਵੀ ਇਹੀ ਕਹਿਣਾ ਵਾ ਕਿ ਜਿਹੜੀ ਇਹ ਧਿਰਾ, ਇਹਨਾਂ ਕੋਲ ਕਾਗਜ਼ਾਤ ਸਾਰੇ ਪੂਰੇ ਨੇ, ਅਤੇ ਇਹਨਾਂ ਨੂੰ ਜਿਹੜਾ ਵਾ ਉਹ ਬਣਦਾ ਜਿਹੜਾ ਉਹ ਜ਼ਮੀਨ ਜਿਹੜੀ ਆ ਉਹ ਮਿਲਣੀ ਚਾਹੀਦੀ ਆ। ਅਸੀਂ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਸਲੇ ਦੇ ਵਿੱਚ ਪੈ ਕੇ ਗੰਭੀਰਤਾ ਦੇ ਨਾਲ ਇਸ ਮਸਲੇ ਨੂੰ ਲੈ ਕੇ, ਕਿਉਂਕਿ ਇਸ ਮਸਲੇ ਦੇ ਵਿੱਚ ਲੜਾਈ ਹੋਣ ਦਾ ਖਤਰਾ ਵਾ, ਸਾਨੂੰ ਵੀ ਲੱਗਦਾ ਕਿ ਲੜਾਈ ਹੋਣ ਦੇ ਚਾਂਸ ਆ, ਅਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਕਿਸੇ ਧਿਰ ਦਾ ਨੁਕਸਾਨ ਨਾ ਹੋਵੇ, ਇਸ ਕਰਕੇ ਇਸ ਮਸਲੇ ਦੇ ਵਿੱਚ ਪੈ ਕੇ ਗੰਭੀਰਤਾ ਦੇ ਨਾਲ ਲੈ ਕੇ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਸੁਲਝਾਇਆ ਜਾਵੇ। ਤਪਦਾ ਸੱਚ ਨਿਊਜ਼ ਤੋਂ ਰਿਪੋਰਟਿੰਗ ਕਮਲਜੀਤ ਸਿੰਘ ਮਰਹਾਣਾ।